ਜਿਹੜਾ ਬਾਈਬਲ ਕਲਾਂ ਗੋਲੀਕਾਂਡ ਹੋਇਆ ਉਹ ਕੇਸ ਹੁਣ ਕਿਹੜੀ ਸਥਿਤੀ ਤੇ ਖੜਾ? ਬਾਈਬਲ ਕਲਾਂ ਦਾ ਮੇਨ ਦੋਸ਼ੀ ਇੰਸਪੈਕਟਰ ਪ੍ਰਦੀਪ, ਉਹ ਤਾਂ ਉੱਥੇ ਚਰਨਜੀਤ ਸ਼ਰਮੇ ਨੂੰ ਵੀ ਬਚਾ ਰਿਹਾ ਕਿ ਕਮਰ ਵਿਜੇ ਪ੍ਰਤਾਪ ਜੀ ਕੋਲੋਂ ਗਲਤੀਆਂ ਹੋਈਆਂ ਜਿਹੜੀਆਂ? ਬਿਲਕੁਲ, ਉਹਨਾਂ ਦੀ ਚੱਲਦੀ ਹੋਈ ਜਾਂਚ ਦੇ ਵਿੱਚ ਜਿਹੜੀ ਗਲਤੀ ਹੋਈ ਆ, ਬੰਦੇ ਉੱਥੇ ਮੌਜੂਦ ਆ, ਜੇ ਉਹੀ ਉੱਥੋਂ ਨਿਕਲ ਗਏ ਤਾਂ ਫਿਰ ਸਜ਼ਾ ਕਿਹਨੂੰ ਦੇਣੀ ਆ? ਇੱਦਾਂ ਵਿਦ ਪਲਾਨ ਕਹਿ ਸਕਦੇ ਆ ਆਪਾਂ ਨੂੰ, ਮਤਲਬ ਕਿ ਇਹਨੂੰ ਕੇਸ ਨੂੰ ਰਫਾ ਦਫਾ ਕਰਨਾ, ਕਮਜ਼ੋਰ ਕਰਨ ਵਾਸਤੇ ਤੇ ਦੋਸ਼ੀਆਂ ਨੂੰ ਲਾਭ ਪਹੁੰਚਾਉਣ ਵਾਸਤੇ ਕੀਤਾ ਗਿਆ ਸੀ। ਅੱਜ ਮੌਜੂਦਾ ਸਰਕਾਰ ਦੀ ਤੇ ਮੌਜੂਦਾ ਸੈੱਟ ਦੀ ਇਹ ਕਮੀ ਹੈ ਕਿ ਬਾਈਬਲ ਕਲਾਂ ਦੇ ਤੇ ਕੋਟਕਪੂਰੇ ਤੇ ਜੱਜ ਨੇ ਕਹਿ ਦਿੱਤਾ ਕਿ ਚਾਰਜਸ ਸ਼ੁਰੂ ਆ, ਬਹਿਸ ਕਰੋ, ਚਾਰਜਸ ਲੱਗ ਚੁੱਕੇ ਆ, ਪਰ ਉੱਥੇ ਇਹਨਾਂ ਦੀ ਕਮੀ ਕੀ ਰਹਿੰਦੀ ਆ ਕਿ ਸਾਡੇ ਦਿੱਤੇ ਹੋਏ ਬਿਆਨਾਂ ਨੂੰ ਹਜੇ ਵੀ ਲਗਾਇਆ ਜਾ ਰਿਹਾ ਹੈ ਸਰਕਾਰ ਵੱਲੋਂ, ਤੇ ਪੰਜਾਬ ਸਰਕਾਰ ਉਹਦੇ ਗੋਗਲੋਂ ਤੋਂ ਮਿੱਟੀ ਝਾੜ ਰਹੀ ਅੱਜ ਕੱਲ੍ਹ ਕਰ ਰਹੀ ਹੈ। ਚਰਨਜੀਤ ਸ਼ਰਮੇ ਨੇ ਉਸੇ ਹੀ ਮਤਲਬ ਸੰਦਰਭ ਦੇ ਵਿੱਚ ਇੱਕ ਐਪਲੀਕੇਸ਼ਨ ਲਾਤੀ ਆ ਕਿ ਇਸ ਕੇਸ ਨੂੰ ਇੱਥੋਂ ਟ੍ਰਾਂਸਫਰ ਕੀਤਾ ਜਾਵੇ, ਜੇ ਹੋਰ ਕਿਸੇ ਸਟੇਟ 'ਚ ਚੱਲ ਗਿਆ ਜਾਂ ਕਿਤੇ ਹੋਰ ਅਸੀਂ ਕਿੱਥੇ ਲੈ ਕੇ ਜਾਵਾਂਗੇ, ਅਸੀਂ ਕਿਹਨੂੰ ਨਾ ਤਾਂ ਬਸਾਂ ਪਰ ਲੈ ਕੇ ਜਾਵਾਂਗੇ, ਸਾਰਾ ਕੁਛ ਰਲੀ ਮਿਲੀ ਭੁਗਤਾ, ਉਹੀ ਕੁਰਸੀ, ਉਹੀ ਭਗਵੰਤ ਮਾਨ ਸਿੰਘ, ਉਹੀ ਇਹਨਾਂ ਦੇ ਅਫਸਰ ਰਲੇ ਮਿਲੇ ਆ। ਅਸੀਂ ਸਿਰਫ ਇਹ ਚਾਹੁੰਦੇ ਹਾਂ ਜਾਂਚ ਹੋਵੇ ਪਾਰਦਰਸ਼ਤਾ ਨਾਲ, ਜਿਹੜਾ ਗੁਨੇਗਾਰ ਆ ਉਹਨੂੰ ਸਜ਼ਾ ਹੋਵੇ, ਜੇ ਜਿਹੜਾ ਬੇਗਨਾ ਉੱਥੇ ਨਾ ਫਸਾਇਆ ਜਾਵੇ, ਉਹਨੂੰ ਨਜਾਇਜ਼ ਨਾ ਫਸਾਇਆ ਜਾਵੇ, ਕਿਉਂਕਿ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਕਰਮਜੀਤ ਅਨਮੋਲ, ਉਹਨੂੰ ਸਵਾਲ ਕਰੋ, ਉਹਨੂੰ ਕੇਸ ਦਾ ਕੱਖ ਨਹੀਂ ਪਤਾ ਹੋਣਾ। ਪੰਜਾਬ ਦੇ ਵਿੱਚ ਬਹੁਤ ਸਾਰੇ ਕੇਸ ਹੋਏ, ਕਮਰ ਵਿਜੇ ਪ੍ਰਤਾਪ ਬਾਈਬਲ ਕਲਾਂ 'ਤੇ ਕਿਉਂ ਬੋਲਦੇ ਆ? ਅਸੀਂ ਉਹਨਾਂ ਨੂੰ ਇਮਾਨਦਾਰੀ ਦਾ ਮਸੀਹਾ ਸਮਝਦੇ ਹੋਣਗੇ, ਪਰ ਜਿੱਥੇ ਸਾਡੀ ਗਲਤੀ ਕਰਕੇ ਗਏ, ਅਸੀਂ ਗਲਤੀ ਨਾ ਕਵਾਂਗੇ ਤਾਂ ਫਿਰ ਸਾਡੇ ਤੋਂ ਭਟਕਣ ਸਰਕਾਰ ਨੇ। ਮੈਂ ਨਹੀਂ ਕਹਿੰਦਾ, ਕਮਰ ਵਿਜੇ ਪ੍ਰਤਾਪ ਹੀ ਕਹਿੰਦੇ ਆ, ਉਹਨਾਂ ਦੀ ਖੁਦ ਹੀ ਇੰਟਰਵਿਊ ਪਈਆਂ ਜਿਹਦੇ 'ਚੋਂ ਕਹਿੰਦੇ ਆ ਕਿ ਮੈਨੂੰ ਸੀਐਮ ਹਾਊਸ ਤੋਂ ਸਪੈਸ਼ਲ ਹਦਾਇਤ ਸੀਗੀ ਵੀ ਜਿਹੜਾ ਕੁਛ ਹੁੰਦਾ ਕਰ ਸਕਦੀ ਹਾਂ। ਸੀਐਮ ਹਾਊਸ 'ਚੋਂ ਚਪੜਾਸੀ ਨੇ ਕਾਲ ਚੱਕੇ ਤਾਂ ਕਿਹਾ ਨਹੀਂ ਹੋਣਾ ਵੀ ਕੇਸ 'ਤੇ ਸਾਰਾ ਕੁਝ ਕਰ ਦਿਓ, ਉੱਥੇ ਕਿਸੇ ਮਤਲਬ ਜ਼ਿੰਮੇਵਾਰ ਅਥਾਰਟੀ ਨੇ ਕਿਹਾ, ਜ਼ਿੰਮੇਵਾਰ ਅਥਾਰਟੀ ਫੋਨ ਕਰਕੇ ਤੁਹਾਨੂੰ ਜੇ ਫੋਨ 'ਤੇ ਗੱਲ ਕਰਕੇ ਕਹਿ ਰਹੀ ਆ ਵੀ ਸਾਰਾ ਕੁਛ ਤੁਸੀਂ ਕਰ ਸਕਦੇ ਹਾਂ, ਤਾਂ ਫਿਰ ਭਾਈ 3 ਸਾਲ ਤੁਹਾਡੇ ਹੱਥ 'ਚ ਪਾਵਰ ਰਹੀ ਆ ਪੰਜਾਬ ਦੇ ਲੋਕ ਬਿਲਕੁਲ। ਇੱਕ ਸਵਾਲ ਵਿੱਚ ਇਹ ਵੀ ਆ ਕਿ ਜਿਹੜਾ ਬਾਈਬਲ ਕਲਾਂ ਗੋਲੀਕਾਂਡ ਹੋਇਆ ਜਿੱਥੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਵੀਰ ਗੁਰਜੀਤ ਸਿੰਘ ਸਰਾਵਾਂ ਦੀ ਸ਼ਹੀਦੀ ਹੁੰਦੀ ਆ, ਗੋਲੀ ਲੱਗਦੀ ਆ, ਹਨਾ, ਉਹ ਕੇਸ ਦੇ ਨਾਲ ਬਾਈਬਲ ਕਲਾਂ ਦੇ ਨਾਲ ਤੁਸੀਂ ਜ਼ਿਆਦਾ ਡੀਪਲੀ ਟੱਚ ਰਹੇ ਹੋ, 2015 ਤੋਂ ਲੈ ਕੇ ਹੁਣ ਤੱਕ ਉਹ ਕੇਸ ਨੂੰ ਤੁਸੀਂ ਬਹੁਤ ਡੂੰਘਾਈ 'ਚ ਲੜ ਵੀ ਰਹੇ ਹੋ, ਜਿੱਥੇ ਜਿੱਥੇ ਲੋੜ ਪੈਂਦੀ ਆ ਉਹਦੀ ਖੜਦੇ ਹੋ, ਪੂਰਾ ਆਪਦੀ ਵਾਹ ਲਾਉਂਦੇ ਹੋ। ਅੱਜ ਦੀ ਡੇਟ ਦੇ ਵਿੱਚ 9 ਸਾਲਾਂ ਦੇ ਵਿੱਚ ਉਹ ਕੇਸ ਹੁਣ ਕਿਹੜੀ ਸਥਿਤੀ 'ਤੇ ਖੜਾ? ਦੇਖੋ ਜੀ, ਬਾਈਬਲ ਕਲਾਂ ਦਾ ਕੇਸ ਜਦੋਂ ਤੋਂ ਕੋਟਕਪੂਰੇ ਦਾ ਚਲਾਣ ਪੇਸ਼ ਹੋਇਆ, ਹਾਂਜੀ, ਜਿਹੜਾ ਪੂਰੇ ਕੋਟਕਪੂਰੇ ਦੀ ਜਾਂਚ ਦਾ ਚਲਾਣ ਪੇਸ਼ ਪਿਛਲੇ ਕੁਛ ਮਹੀਨੇ ਪਹਿਲਾਂ, ਹਾਂ, ਫਰਵਰੀ ਦੇ ਵਿੱਚ ਤੇ ਅਸੀਂ ਉਸ ਤੋਂ ਬਾਅਦ ਜਦੋਂ ਬਾਈਬਲ ਕਲਾਂ ਨੂੰ ਟੱਚ ਕਰਦੇ ਹਾਂ, ਦੇਖਦੇ ਹਾਂ ਜਿਹੜੀਆਂ ਉਹਦੇ 'ਚ ਕਮੀਆਂ ਰਹਿੰਦੀਆਂ ਆਪਣੇ ਪਿਛਲੇ ਕਰਤਾ ਧਰਤਾ ਜਿਹੜੇ ਸੈੱਟ ਦੇ ਮੁਖੀ ਸੀਗੇ ਕਮਲ ਵਿਜੇ ਪ੍ਰਤਾਪ ਹੋਣੀ, ਜਿਹੜੇ ਅੱਜ ਸਰਕਾਰ ਦੇ ਵਿੱਚ ਸਿਟਿੰਗ MLA ਵੀ ਨੇ, ਹਾਂਜੀ ਹੈ ਨੇ, ਉੱਥੇ ਕੀ ਹੁੰਦਾ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਕਮੀਆਂ ਛੱਡੀਆਂ ਜਾਂਦੀਆਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਵੀ ਸਾਨੂੰ ਬੰਦੇ ਦੀ ਭਗਤੀ ਛੱਡ ਕੇ ਜਿਹੜਾ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਣੀ ਪੈਂਦੀ ਹੈ। ਬਿਲਕੁਲ ਬਿਲਕੁਲ, ਸੋ ਉਹ ਚੀਜ਼ ਹੀ ਹੋਈ ਹੈ ਕਿਉਂਕਿ ਮੇਰੇ ਬਹੁਤ ਨਜ਼ਦੀਕੀ ਰਹੇ ਨਾ, ਮਤਲਬ ਕਿ ਕਮਰ ਵਿਜੇ ਪ੍ਰਤਾਪ ਜੀ ਕੋਲੋਂ ਗਲਤੀਆਂ ਹੋਈਆਂ ਜਿਹੜੀਆਂ? ਬਿਲਕੁਲ, ਉਹਨਾਂ ਦੀ ਚੱਲਦੀ ਹੋਈ ਜਾਂਚ ਦੇ ਵਿੱਚ ਜਿਹੜੀ ਗਲਤੀ ਹੋਈ ਆ, ਗਲਤੀ ਕੀ ਹੋਈ ਹੈ ਕਿ ਇੱਕ ਬਾਈਬਲ ਕਲਾਂ ਦਾ ਮੇਨ ਦੋਸ਼ੀ ਪ੍ਰਦੀਪ ਇੰਸਪੈਕਟਰ ਉਹਨੂੰ ਇਹਨਾਂ ਨੇ ਵਾਧਾ ਮਾਫ ਗਵਾਹ ਬਣਾ ਲਿਆ ਜਾਂਦਾ ਵੀ ਹੋਰ ਪੁਲਿਸ ਅਧਿਕਾਰੀਆਂ ਦੇ ਨਾਂ ਉੱਥੇ ਲਏ ਜਾਣ,
ਪਰ ਉਹਦੀ ਵਾਅਦਾ ਮਾਫੀ ਇਸ ਤਰੀਕੇ ਦੀ ਹੁੰਦੀ ਆ ਕਿ ਜਿਹੜੇ ਉੱਥੇ ਪੁਲਿਸ ਅਧਿਕਾਰੀ ਹੁੰਦੇ ਨਹੀਂ, ਪਹਿਲੀ ਗੱਲ ਤਾਂ ਉਹਨਾਂ ਦੇ ਨਾਲ ਲੈ ਦਿੱਤੇ ਜਾਂਦੇ ਆ, ਠੀਕ ਹੈ ਜੀ, ਕਿਉਂਕਿ ਕੇਸ ਨੂੰ ਉਲਝਾ ਦਿੱਤਾ ਜਾਂਦਾ, ਉਲਝਾ ਦਿੱਤਾ ਜਾਂਦਾ। ਦੂਸਰਾ ਉੱਥੇ ਉਹ ਚੀਜ਼ ਬਣਾਈ ਜਾਂਦੀ ਆ ਕਿ ਉਹ ਉੱਥੇ ਖੁਦ ਜ਼ਿੰਮੇਵਾਰ ਹੁੰਦਾ। ਵਾਅਦਾ ਮਾਫੀ ਦੇ ਵਿੱਚ ਉਹ ਆਪਦੇ ਇਹ ਵੀ ਨਹੀਂ ਕਹਿੰਦਾ ਵੀ ਮੈਂ ਜ਼ਿੰਮੇਵਾਰ ਹਾਂ, ਉਹ ਤਾਂ ਉੱਥੇ ਚਰਨਜੀਤ ਸ਼ਰਮੇ ਨੂੰ ਵੀ ਵਿਚਾਰਿਆ। ਹਾਂ, ਮਤਲਬ ਉਹ ਇੱਦਾਂ ਦਾ ਬਿਆਨ ਦਿੰਦਾ ਰਲੀ ਮਿਲੀ ਭੁਗਤ ਦੇ ਨਾਲ ਹੁੰਦਾ ਕਿ ਸਾਡੀ ਇੱਕ, ਅਸੀਂ ਫਿਰ ਐਪਲੀਕੇਸ਼ਨ ਲਾਉਂਦੇ ਹਾਂ ਜਦੋਂ ਪਤਾ ਲੱਗਦਾ, ਕਿਉਂਕਿ ਉਦੋਂ ਤਾਂ ਉਹ MLA ਬਣ ਚੁੱਕੇ ਹੁੰਦੇ ਆ, ਨਵੀਂ ਸੈੱਟ ਕੋਲੇ ਕੰਮ ਹੁੰਦਾ, ਅਸੀਂ ਉਹ ਫਰੀਦਕੋਟ ਦੀ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਲਾ ਕੇ ਉਹਤੇ ਕਲੈਰੀਫਿਕੇਸ਼ਨ ਦਿੰਦੇ ਹਾਂ, ਜਿਹੜੇ ਬੰਦਿਆਂ ਦੇ ਸਾਡਿਆਂ ਦੇ ਬਿਆਨ ਮਿਸਯੂਜ਼ ਕੀਤੇ ਜਾਂਦੇ ਆ ਗਲਤ, ਉਹ ਅਸੀਂ ਬਿਆਨ ਸਹੀ ਕਰਾ ਕੇ, ਹਾਂਜੀ, ਜਿਹੜੇ ਪਹਿਲਾਂ ਅਸੀਂ ਸਹੀ ਬਿਆਨ, ਜਿਹੜੇ ਐਕਚੁਅਲ 'ਚ ਬਿਆਨ ਹੁੰਦੇ ਆ ਉਹ ਅਸੀਂ ਕੋਰਟ ਦੇ ਵਿੱਚ ਬਿਆਨ ਦਿੰਦੇ ਹਾਂ, ਅਤੇ ਇਸ ਸੈੱਟ ਨੂੰ, ਨਵੀਂ ਨੂੰ ਵੀ ਬਿਆਨ ਦਿੱਤੇ ਜਾਂਦੇ ਆ ਕਿ ਕੋਰਟ ਦੇ ਵਿੱਚ ਲਾਓ ਅਤੇ ਜਾਂਚ ਸਹੀ ਤਰੀਕੇ ਵਾਲੇ ਪਾਸੇ ਜਾਵੇ। ਬਿਲਕੁਲ, ਕਿਉਂਕਿ ਜਿਹੜੇ ਬੰਦੇ ਉੱਥੇ ਮੌਜੂਦ ਆ ਜੇ ਉਹੀ ਉੱਥੋਂ ਨਿਕਲ ਗਏ ਤਾਂ ਫਿਰ ਸਜ਼ਾ ਕਿਹਨੂੰ ਦੇਣੀ ਆ, ਮੰਨ ਲਓ ਉਹ ਬੰਦਾ ਪਾਸੇ ਕਰਤਾ, ਇਹਨਾਂ ਨੇ ਕੀ ਕੀਤਾ, ਉੱਥੇ ਕਨਫਿਊਜ਼ਨ ਪੈਦਾ ਕਰਤੀ, ਉੱਥੇ ਉਹ ਬੰਦੇ ਦਿਖਾਤੇ। ਫੋਰ ਐਗਜ਼ਾਮਪਲ, ਤੁਸੀਂ ਇੱਕ ਆਫਿਸਰ ਹੋ, ਤੁਸੀਂ ਕੋਟਕਪੂਰੇ ਹੋ, ਤੁਹਾਨੂੰ ਬਹਿਬਲ ਕਲਾਂ ਦਿਖਾ ਦਿੱਤਾ ਜਾਂਦਾ, ਤੇ ਕੱਲ ਨੂੰ ਤੁਸੀਂ ਆਪਦੀ ਸਫਾਈ ਦੇ ਵਿੱਚ ਜਦੋਂ ਪੇਸ਼ ਕਰਤਾ ਕਿ ਮੈਂ ਤਾਂ ਬਹਿਬਲ ਕਲਾਂ ਗਿਆ ਹੀ ਨਹੀਂ, ਮੈਂ ਤਾਂ ਕੋਟਕਪੂਰੇ ਸੀ, ਕੋਟਕਪੂਰੇ ਸੀ ਤਾਂ ਬਹਿਬਲ ਕਲਾਂ ਦੀਆਂ ਕਿਹੜਾ ਸੀਸੀਟੀਵੀ ਬਣ ਗਿਆ। ਬਿਲਕੁਲ ਜੀ, ਬਿਲਕੁਲ, ਉੱਥੇ ਇਹ ਆ ਕਿ ਜੇ ਤੁਸੀਂ, ਤੁਹਾਨੂੰ ਜੱਜ ਕੱਢ ਦੂਗਾ ਤਾਂ ਫਿਰ ਜਿਹੜਾ ਮੇਰੇ ਵਰਗਾ ਉੱਥੇ ਗੋਲੀ ਮਾਰ ਰਿਹਾ, ਹਾਂ, ਉਹ ਵੀ ਤਾਂ ਕਹੂਗਾ ਜੀ ਮੈਂ ਤਾਂ ਇਹਦੇ ਨਾਲ ਸੀ, ਮੈਂ ਤਾਂ ਇਹਦੇ ਨਾਲ। ਫਿਰ ਇੱਥੇ ਤਾਂ ਮਤਲਬ ਕਿ ਇੱਕ ਇੱਦਾਂ ਵਿਦ ਪਲਾਨ ਕਹਿ ਸਕਦੇ ਹਾਂ ਆਪਾਂ ਨੂੰ, ਮਤਲਬ ਕਿ ਇਹਨੂੰ ਕੇਸ ਨੂੰ ਰਫਾ ਦਫਾ ਜਾਂ ਰਫਾ ਦਫਾ ਕਰਨਾ, ਕਮਜ਼ੋਰ ਕਰਨ ਵਾਸਤੇ, ਕਮਜ਼ੋਰ ਕਰਨ ਵਾਸਤੇ, ਤੇ ਦੋਸ਼ੀਆਂ ਨੂੰ ਲਾਭ ਪਹੁੰਚਾਉਣ ਵਾਸਤੇ ਕੀਤਾ ਗਿਆ ਸੀ। ਅਸੀਂ ਉਸ ਨੂੰ ਜਿੰਨਾ ਕੁ ਸਹੀ ਤਰੀਕੇ 'ਚ ਲਿਆ ਸਕੇ, ਗਵਾਹ ਬਿਆਨ ਜਿਵੇਂ ਸਾਰਾ ਕੁਛ ਕੀਤਾ ਉਹ ਹੋਇਆ, ਪਰ ਅੱਜ ਮੌਜੂਦਾ ਸਰਕਾਰ ਦੀ ਤੇ ਮੌਜੂਦਾ ਸੈੱਟ ਦੀ ਇਹ ਕਮੀ ਹੈ ਕਿ ਬਹਿਬਲ ਕਲਾਂ ਦੇ ਤੇ ਕੋਟਕਪੂਰੇ ਤੇ ਜੱਜ ਨੇ ਕਹਿ ਦਿੱਤਾ ਕਿ ਚਾਰਜਸ ਸ਼ੁਰੂ ਆ, ਬਹਿਸ ਕਰੋ, ਚਾਰਜਸ ਲੱਗ ਚੁੱਕੇ ਆ, ਪਰ ਉੱਥੇ ਇਹਨਾਂ ਦੀ ਕਮੀ ਕੀ ਰਹਿੰਦੀ ਆ ਕਿ ਸਾਡੇ ਦਿੱਤੇ ਹੋਏ ਬਿਆਨਾਂ ਨੂੰ ਹਜੇ ਵੀ ਲਗਾਇਆ ਜਾ ਰਿਹਾ ਹੈ ਸਰਕਾਰ ਵੱਲੋਂ, ਕਿਉਂਕਿ ਕੇਸ ਨੂੰ ਜੇ ਤੁਸੀਂ ਠੰਡੇ ਵਾਸਤੇ 'ਚ ਪਾਓਗੇ, ਗਲਤ ਤਰੀਕੇ ਨਾਲ ਲੈ ਕੇ ਆਓਗੇ, ਤਾਂ ਕੱਲ੍ਹ ਨੂੰ ਅਸੀਂ ਜਦੋਂ ਆਵਾਜ਼ ਚੱਕਾਂਗੇ ਤਾਂ ਲੋਕਾਂ ਨੇ ਕਹਿਣਾ ਇਹ ਗਲਤ ਆ, ਇਹ ਗਲਤ ਆ। ਅਸੀਂ ਇਸ ਗੱਲ ਕਰਕੇ ਕਹਿ ਰਹੇ ਹਾਂ ਕਿ ਇਹ ਜੋ ਸਾਡਾ ਕੀਤਾ, ਦੇਖੋ ਜਿਹੜੀ ਕਾਨੂੰਨੀ ਭਾਸ਼ਾ ਜਿਹੜੇ ਸਮਝਣ ਵਾਲੇ ਵੀਰ ਆ ਉਹ ਬਹੁਤ ਥੋੜੇ ਹੁੰਦੇ ਆ, ਬਹੁਤ ਸਮਝ ਲੈਣਗੇ, ਸਮਝ ਲੈਣਗੇ, ਕਿਉਂਕਿ ਜਦੋਂ ਉਹਨਾਂ ਨੂੰ ਆਮ ਲੋਕਾਂ ਦੇ ਧਿਆਨ 'ਚ ਗੱਲ ਨਹੀਂ ਆਉਂਦੀ, ਆਮ ਲੋਕਾਂ ਨੇ ਸਿਰਫ ਗੱਲਾਂ ਦੇ ਵਰਬਲੀ ਤਰੀਕੇ ਨਾਲ ਕਹਿਣਾ ਕਿ ਇਹ ਗਲਤ ਨੇ, ਗਲਤ ਨੇ, ਪਰ ਉੱਥੇ ਗਲਤ ਨਹੀਂ ਹੈਗੇ, ਉੱਥੇ ਗੱਲ ਇਹ ਆ ਕਿ ਜੇ ਅਸੀਂ ਜਿਹੜੀ ਚੀਜ਼ ਦੀ ਮੰਗ ਕਰ ਰਹੇ ਹਾਂ ਜਾਂ ਜਿਹੜੀ ਕਰ ਚੁੱਕੇ ਹਾਂ, ਜਿਹੜੀ ਐਕਸੈਪਟ ਹੋ ਚੁੱਕੀ ਆ ਇਹਨਾਂ ਦੀਆਂ ਕੋਰਟਾਂ ਦੇ ਵਿੱਚ ਆ, ਪਰ ਉਹਦੀ ਅਥਾਰਟੀ ਤੁਹਾਡੇ ਕੋਲ ਆ ਵੀ ਤੁਸੀਂ ਕੋਰਟ 'ਚ ਜਮ੍ਹਾਂ ਕਰਾਉਣੀ ਆ, ਮਤਲਬ ਪੰਜਾਬ ਸਰਕਾਰ ਕੋਲ ਆ, ਤੇ ਪੰਜਾਬ ਸਰਕਾਰ ਉਹਦੇ ਗੋਗਲਵਾ ਤੋਂ ਮਿੱਟੀ ਝਾੜ ਰਹੀ ਆ ਅੱਜ ਕੱਲ੍ਹ ਕਰ ਰਹੀ ਆ, ਉਧਰੋਂ ਜੱਜ ਸਾਹਿਬ ਤਰੀਕਾਂ ਤੇ ਤਰੀਕਾਂ ਪਾ ਰਹੇ ਆ, 15 ਦਿਨਾਂ ਦੀ, 20 ਦਿਨਾਂ ਦੀ, 15 ਦਿਨਾਂ ਦੀ, ਉਹਨਾਂ ਨੂੰ ਟਾਈਮ ਮਿਲ ਰਿਹਾ ਬਾਹਰ ਨਿਕਲਣ ਦਾ, ਤੇ ਇਦੋਂ ਅੱਤ ਘਟੀਆ 'ਚ ਗੱਲ ਕੀ ਹੋ ਸਕਦੀ ਆ ਕਿ ਚਰਨਜੀਤ ਸ਼ਰਮੇ ਨੇ ਉਸੇ ਹੀ ਮਤਲਬ ਸੰਦਰਭ ਦੇ ਵਿੱਚ ਇੱਕ ਐਪਲੀਕੇਸ਼ਨ ਲਾਤੀ ਆ ਕਿ ਇਸ ਕੇਸ ਨੂੰ ਇੱਥੋਂ ਟ੍ਰਾਂਸਫਰ ਕੀਤਾ ਜਾਵੇ। ਕਮਾਲ ਆ, ਦੱਸੋ ਦੱਸੋ ਭਾਈ, ਅਸੀਂ ਤਾਂ ਫਰੀਦਕੋਟ ਜਾਂਦੇ ਆਪਣਾ ਮੇਰਾ ਵੱਡਾ ਨੁਕਸਾਨ ਕਰਾਈ ਬੈਠੇ ਹਾਂ, ਹਾਲਾਂਕਿ ਸਾਡੇ ਤੋਂ 30 ਕਿਲੋਮੀਟਰ ਆ, ਸਾਡੇ ਫਰੀਦਕੋਟ ਦੇ ਵਿੱਚ ਇੰਸੀਡੈਂਟ ਹੋਇਆ, ਫਰੀਦਕੋਟ ਦੇ ਗਵਾਹ ਨੇ, ਜ਼ਿਲ੍ਹੇ ਫਰੀਦਕੋਟ ਦੇ ਵਿੱਚੋਂ ਨੇ ਜਾਂ ਮਤਲਬ ਫਰੀਦਕੋਟ ਦੇ 50 ਇਲਾਕੇ ਚੋਂ ਨੇ, ਜੇ ਹੋਰ ਕਿਸੇ ਸਟੇਟ 'ਚ ਚੱਲ ਗਿਆ ਜਾਂ ਕਿਤੇ ਹੋਰ, ਅਸੀਂ ਕਿੱਥੇ ਲੈ ਕੇ ਜਾਵਾਂਗੇ, ਅਸੀਂ ਕਿਹਨੂੰ ਨਾ ਤਾਂ ਸਫ਼ਰ ਪਰ ਲੈ ਕੇ ਜਾਵਾਂਗੇ। ਬਿਲਕੁਲ ਬਿਲਕੁਲ, ਸਿੱਧਾ ਸਿੱਧਾ ਕਹਿੰਦੇ ਤੁਸੀਂ ਇਹ 3 ਸਾਫ਼ ਨਹੀਂ ਕਰ ਸਕਦੇ, ਮੰਨ ਲਓ ਇਹੀ ਗੱਲ ਹੋ ਗਈ ਨਾ ਕਿ ਇਹਨਾਂ ਦੀ ਮਤਲਬ ਕਿ 40 ਇਦਾਂ ਦੀ ਆ ਕਿ ਬਸ ਉਲਝਾ ਉਲਝੂ ਸਾਰਾ ਕੁਝ ਰਲੀ ਮਿਲੀ ਭੁਗਤਾ, ਉਹੀ ਉਹੀ ਕੁਰਸੀ, ਉਹੀ ਭਗਵੰਤ ਮਾਨ ਸਿੰਘ, ਉਹੀ ਇਹਨਾਂ ਦੇ ਅਫਸਰ ਰਲੇ ਮਿਲੇ ਆ, ਬਿਲਕੁਲ ਦੋਸ਼ੀਆਂ ਨੂੰ ਬਚਾਉਣ ਦੇ ਲਈ ਆ। ਜੇ ਚਲਾਨ ਦਿੱਤਾ ਜਾਂਦਾ, ਮੈਂ ਇਦੋਂ ਪਹਿਲਾਂ ਹਾਈ ਲੈਵਲ ਦੀ ਅਥਾਰਟੀ ਸਾਰਿਆਂ ਨੂੰ ਮਿਲ ਚੁੱਕੇ ਹਾਂ ਕਿ ਤੁਸੀਂ ਲਾਸਟ ਇੱਕ ਸਟੈਪ ਦਿਓ ਜਿਹੜਾ ਅਸੀਂ ਆਪਦਾ, ਹਾਲਾਂਕਿ ਸਾਨੂੰ ਨਹੀਂ ਉਹ ਕੋਰਟ ਨੇ ਵੀ ਕਿਹਾ ਹੋਇਆ ਵੀ ਦੇਣਾ ਪਊਗਾ, ਦੇਣਾ ਪਊਗਾ,
ਕੋਰਟ ਦੀ ਜੱਜਮੈਂਟ ਆ ਕਿ ਇਹਨਾਂ ਦੀਆਂ ਗੱਲਾਂ ਨੂੰ ਪ੍ਰੋਸੀਡ ਕੀਤਾ ਜਾਵੇ, ਇਹਨਾਂ ਦੀ ਗੱਲ ਸੁਣੀ ਜਾਵੇ। ਸਾਡੀ ਉਹ ਸੁਣ ਵੀ ਲਈ ਪਰ ਅੱਗੇ ਨਹੀਂ ਜੱਜ ਕੋਲੇ ਪਹੁੰਚੀ ਆ। ਉਹਦਾ ਕਾਰਨ ਹੈ ਕਿ ਇਹ ਜੇ ਪਹੁੰਚ ਗਈ, ਜਿਹੜੇ ਦੋਸ਼ੀਆਂ ਨੂੰ ਸਜ਼ਾ ਕੋਈ 6 ਮਹੀਨੇ ਸਾਲਾਂ ਦੇ ਵਿੱਚ ਹੋ ਜਾਣੀ ਆ, ਉਹਨਾਂ ਨੂੰ ਫਿਰ ਉਹ ਟਾਈਮ ਜ਼ਿਆਦਾ ਲੱਗੂਗਾ ਨਾ ਹੁਣ, ਉਹ ਹੁਣ ਟਾਈਮ ਵਧਾਉਣਾ, ਬਸ ਟਾਈਮ ਵਧਾ ਕੇ ਉਹੀ ਉਹਨਾਂ ਨੂੰ ਬਸ ਘਟਾਉਣ 'ਚ ਹੋਏ ਪਏ ਆ। ਅਸੀਂ ਚਾਹੁੰਦੇ ਹਾਂ, ਦੇਖੋ ਹਰ ਇੱਕ ਬੰਦਾ ਜੇ ਆਪਾਂ ਇੱਕ ਇਨਸਾਨੀਅਤ ਤੌਰ 'ਤੇ ਦੇਖੀਏ, ਕੋਈ ਨਹੀਂ ਚਾਹੂਗਾ ਕਿ ਜਿਹਦੇ ਬਾਪ ਦੇ ਗੋਲੀਆਂ ਵੱਜੀਆਂ ਹੋਣ, ਜਿਹਦੇ ਪੁੱਤ ਦੇ ਗੋਲੀਆਂ ਵੱਜੀਆਂ ਹੋਣ, ਉਹ ਬੰਦੇ ਵੱਜਣ। ਪਰ ਜੇ ਉੱਥੇ ਉਹੋ ਜਿਹੇ ਬੰਦੇ ਪਾ ਦਿੱਤੇ ਜਾਣ ਜਿਹੜੇ ਉੱਥੇ ਮੌਜੂਦ ਹੀ ਨਾ ਹੋਣ, ਉਹ ਆਪ ਵੀ ਬਚਣਗੇ ਤੇ ਨਾਲੇ ਦੂਜੇ ਨੇ ਜਿਹੜੇ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਬਚਾਉਣਗੇ। ਅਸੀਂ ਸਿਰਫ ਇਹ ਚਾਹੁੰਦੇ ਹਾਂ ਜਾਂਚ ਹੋਵੇ ਪਾਰਦਰਸ਼ਤਾ ਨਾਲ, ਜਿਹੜਾ ਗੁਨੇਗਾਰ ਆ ਉਹਨੂੰ ਸਜ਼ਾ ਹੋਵੇ, ਉਹਨੂੰ ਸਜ਼ਾ ਹੋਵੇ, ਜੇ ਜਿਹੜਾ ਬੇਗਨਾ ਉੱਥੇ ਨਾਜਾਇਜ਼ ਨਾ ਫਸਾਇਆ ਜਾਵੇ, ਕਿਉਂਕਿ ਇਹ ਤਾਂ ਸਾਨੂੰ ਇੰਨਾ ਕੁ ਤਾਂ ਮਾਣ ਹੈਗੀ ਹੈ, ਪੁਲਿਸ ਨਜਾਇਜ਼ ਨਹੀਂ ਆਪਦੇ ਬੰਦਿਆਂ ਨੂੰ ਫਸਾਉਂਦੀ, ਪਰ ਆਪਦਿਆਂ ਨੂੰ ਕੱਢ ਜ਼ਰੂਰ ਲਊਗੀ। ਪਰ ਇਹ ਹੈ ਨਾ, ਵੱਡੇ ਚਿਹਰਿਆਂ ਨੂੰ ਕੱਢਣ ਦੇ ਲਈ ਛੋਟਿਆਂ ਨੂੰ ਨਜਾਇਜ਼ ਇਸ ਤਰੀਕੇ 'ਚ ਆਉਂਦੇ ਆ, ਤਾਂ ਫਿਰ ਤਾਂ ਪੂਰੀ ਜਿਹੜੀ ਪੁਲਿਸ ਉੱਥੇ 2,000-3,000 ਬੰਦੇ, ਸਾਰੀ ਤੇ ਪਰਚਾ ਕਰੋ, ਸਾਰੀ ਤੇ ਪਰਚਾ ਕਰੋ, ਫਿਰ ਤਾਂ ਪੂਰੀ ਪੰਜਾਬ ਲੋ ਰਿਕਾਰਡ 'ਚ ਤਾਂ ਬਾਏ ਨੇਮ ਸਾਰਾ ਕੁਛ ਹੀ ਹੈ ਤੁਹਾਡੇ ਕੋਲ, ਸਾਰਾ ਕੁਛ, ਫਿਰ ਉਹਨਾਂ ਸਾਰਿਆਂ 'ਚ ਪਰਚੇ ਹੋਣੇ ਚਾਹੀਦੇ ਸਾਰਿਆਂ ਤੋਂ। ਫਿਰ ਅਸੀਂ ਤਾਂ ਕਹਿੰਦੇ ਵੀ ਜਿਹੜੇ ਬੰਦੇ ਉੱਥੇ ਮੌਜੂਦ ਆ, ਚਾਹੇ SSP ਆ ਚਾਹੇ ਇੰਸਪੈਕਟਰ ਆ, ਜਿਹਨੇ ਗੋਲੀਆਂ ਮਾਰੀਆਂ, ਉਹਨਾਂ ਨੂੰ ਕਟਹਿਰੀ 'ਚ ਖੜਾ ਕਰਕੇ ਉਹਨਾਂ ਨੂੰ ਸਜ਼ਾ ਵਾਲੇ ਪਾਸੇ ਜਾਓ। ਜਿਹੜੇ ਪੰਜਾਬ ਦੇ ਲੋਕਾਂ ਨੇ ਜਾਂ ਜਿਹੜੇ ਬਹਿਬਲ ਕਲਾਂ ਦੇ ਜਾਂ ਸਿੱਖ ਸੰਗਤ ਨੇ ਉੱਥੇ ਜਿਹਨਾਂ ਨੂੰ ਦੇਖਿਆ, ਜਿਹਨਾਂ ਦੇ ਬਾਏ ਨੇਮ ਗਵਾਹੀਆਂ ਦਿੱਤੀਆਂ, ਉਹਨਾਂ ਦੇ ਉੱਤੇ ਕਾਰਵਾਈਆਂ ਕਰੋ। ਜੇ ਤੁਸੀਂ ਇਹ ਡਿਲੇ ਕਰੋਗੇ ਤਾਂ ਇੱਥੋਂ ਸਿੱਧਾ ਸਿੱਧਾ ਸਾਫ ਉਹੀ ਸਵਾਲਾਂ ਵਾਲੀ ਗੱਲ ਆ ਗਈ। ਐਤਕੀ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਕਰਮਜੀਤ ਅਨਮੋਲ, ਉਹਨੂੰ ਸਵਾਲ ਕਰੋ, ਹਾਂ ਉਹਨੂੰ ਕੇਸ ਦਾ ਕੱਖ ਨਹੀਂ ਪਤਾ ਹੋਣਾ। ਮੰਨ ਲਓ ਕਰਮਜੀਤ ਅਨਮੋਲ ਦਾ ਤਾਂ ਮੈਂ ਪਿਛਲੇ ਦਿਨ ਵੈਸੇ ਸੁਣੇ, ਇਹ ਕੇਸ ਤਾਂ ਛੱਡੋ, ਕਰਮਜੀਤ ਅਨਮੋਲ ਨੂੰ ਤਾਂ ਆਪਣੀ ਸਰਕਾਰ ਬਾਰੇ ਹੀ, ਮੰਨ ਲਓ ਚੱਲ ਰਹੇ ਬਾਰੇ ਨਹੀਂ ਕੁਛ ਪਤਾ, ਕੱਖ ਨਹੀਂ ਪਤਾ ਹੋਣਾ ਜੀ। ਪਰ ਸਾਨੂੰ ਇਹ ਜਮਹੂਰੇ ਨਾ ਸਮਝਣ, ਜਮਹੂਰੇ ਨਾ ਸਮਝਣ, ਸਹੀ ਆ ਵੀ ਤੁਸੀਂ ਜਿਹੜਾ ਕੋਈ ਲਿਆਤਾ ਪੰਜਾਬ ਦੇ ਵਿੱਚ ਤੇ ਫਰੀਦਕੋਟ 'ਚ ਫੜਾਤਾ ਤਾਂ ਚੱਕ ਲਓ, ਲੋਕ ਚੱਕ ਲੈਣਗੇ ਨਹੀਂ। ਫਿਰ ਮੈਂ ਇਹ ਵੀ ਸੋਚਦਾ ਕਿਤੇ ਨਾ ਕਿਤੇ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਕੀ ਮਸਲਾ ਰਿਹਾ ਕਿ ਉਹਨੇ ਜਮਾਂ ਹੀ ਮਤਲਬ ਕਿ ਇਸ ਚੀਜ਼ ਨੂੰ ਧਿਆਨ 'ਚ ਲਿਆ। ਪੰਜਾਬ ਦੇ ਵਿੱਚ ਬਹੁਤ ਸਾਰੇ ਕੇਸ ਹੋਏ ਕੰਵਰ ਵਿਜੇ ਪ੍ਰਤਾਪ ਬਹਿਬਲ ਕਲਾਂ 'ਚ ਕਿਉਂ ਬੋਲਦੇ ਆ, ਹਾਂ ਅਸੀਂ ਉਹਨਾਂ ਨੂੰ ਇਮਾਨਦਾਰੀ ਦਾ ਮਸੀਹਾ ਸਮਝਦੇ ਹੋਣਗੇ, ਪਰ ਜਿੱਥੇ ਸਾਡੀ ਗਲਤੀ ਕਰਕੇ ਗਏ ਅਸੀਂ ਗਲਤੀ ਨਾ ਕਵਾਂਗੇ ਤਾਂ ਫਿਰ ਸਾਡੇ ਤੋਂ ਵੱਡਾ, ਹਾਂ ਮੰਨ ਲਓ ਇੱਕ ਵੱਡੇ ਦੋਸ਼ੀ ਨੂੰ ਬਚਾਉਣ ਵਾਲਾ ਪੱਖ ਹੀ ਹੋ ਗਿਆ, ਸਾਈਡ 'ਤੇ ਕੱਢਤਾ। ਦੇਖੋ ਜੀ, ਇਮਾਨਦਾਰੀ ਤਾਂ ਹੁੰਦੀ ਜਾਂ ਆਪਣਾ ਡੀਂਗੇ ਤਾਂ ਵੱਜਦੇ, ਤੁਹਾਡੇ ਹੱਥ ਪਾਵਰ ਰਹੀ 2-3 ਸਾਲ, ਤੁਹਾਨੂੰ ਕੈਪਟਨ ਸਰਕਾਰ ਨੇ, ਮੈਂ ਨਹੀਂ ਕਹਿੰਦਾ ਕੰਵਰ ਵਿਜੇ ਪ੍ਰਤਾਪ ਹੀ ਕਹਿੰਦੇ ਆ, ਉਹਨਾਂ ਦੀ ਖੁਦ ਹੀ ਇੰਟਰਵਿਊ ਪਈਆਂ ਜਿਹਦੇ 'ਚੋਂ ਕਹਿੰਦੇ ਆ ਕਿ ਮੈਨੂੰ ਸੀਐਮ ਹਾਊਸ ਤੋਂ ਸਪੈਸ਼ਲ ਹਦਾਇਤ ਸੀਗੀ ਵੀ ਜਿਹੜਾ ਕੁਛ ਹੁੰਦਾ ਕਰ ਸਕਦੀ ਹੈ। ਸੀਐਮ ਹੋ ਚੁੱਕੇ, ਚਪੜਾਸੀ ਨੇ ਕਾਲ ਚੱਕੇ ਤਾਂ ਕਿਹਾ ਨਹੀਂ ਹੋਣਾ ਵੀ ਕੇਸ 'ਤੇ ਸਾਰਾ ਕੁਛ ਕਰ ਦਿਓ, ਉੱਥੇ ਕਿਸੇ ਮਤਲਬ ਜ਼ਿੰਮੇਵਾਰ ਅਥਾਰਟੀ ਨੇ ਕਿਹਾ, ਜ਼ਿੰਮੇਵਾਰ ਅਥਾਰਟੀ ਫੋਨ ਕਰਕੇ ਤੁਹਾਨੂੰ ਜੇ ਫੋਨ 'ਤੇ ਗੱਲ ਕਰਕੇ ਕਹਿ ਰਹੀ ਆ ਵੀ ਸਾਰਾ ਕੁਛ ਤੁਸੀਂ ਕਰ ਸਕਦੇ ਆ, ਤਾਂ ਫਿਰ ਭਾਈ 3 ਸਾਲ ਤੁਹਾਡੇ ਹੱਥ 'ਚ ਪਾਵਰ ਰਹੀ ਆ, ਪੰਜਾਬ ਦੇ ਲੋਕ ਜਿਹੜੀਆਂ ਚੀਜ਼ਾਂ ਦੇ ਤੁਹਾਨੂੰ ਸਮਝਦੇ ਸੀ ਹੋਣਾ ਚਾਹੀਦਾ, ਕੀਤਾ ਕਿਉਂ ਨਹੀਂ? ਫਿਰ ਅੱਜ ਕਿਉਂ ਰੌਲਾ ਪਾ ਰਹੇ ਆ ਕਿ ਮਤਲਬ ਇਹ ਵੀ ਚੀਜ਼ ਆ ਗਈ ਨਾ, ਅੱਜ ਪਹਿਲੀ ਵਾਰੀ ਹੋ ਰਿਹਾ ਕਿ ਕਈ ਉਹ ਆ ਕੇ ਆਪਣੇ ਆਪ ਨੂੰ ਪਾਰਟੀ ਬਣਾਉਣਾ ਚਾਹੁੰਦਾ ਹੋਵੇ, ਜੇ ਤੁਸੀਂ ਐਡੇ ਸੱਚੇ ਹੋ, ਐਡੇ ਸਹੀ ਹੋ, ਛੱਡ ਦਿਓ, ਹਾਂ ਜੀ ਦੇਖੋ ਵੀ ਹੁੰਦਾ ਕੀ ਆ। ਬਾਦਲਾਂ ਦਾ ਨਾਂ ਆਉਣਾ ਚਾਹੀਦਾ ਸੀ, ਅੱਜ ਆਇਆ ਪਿਆ ਉਹਦਾ ਵੀ ਵਿਰੋਧ ਕਰੀ ਜਾਂਦੇ, ਉਹਦਾ ਹੀ ਵਿਰੋਧ ਕਰੀ ਜਾਂਦੇ ਆ, ਜੇ ਨਹੀਂ ਆਉਂਦਾ ਸੀ ਅਸੀਂ ਤਾਂ ਵਿਰੋਧ ਕਰਦੇ ਸੀ, ਜੇ ਆ ਗਿਆ ਤਾਂ ਕਹਿੰਦੇ ਅਸੀਂ ਇਹੀ, ਮੈਂ ਵੀ ਇਹੀ ਕਰਨੇ, ਫਿਰ ਕੀਤਾ ਕਿਉਂ ਨਹੀਂ? ਕਿਉਂ ਨਹੀਂ ਜਦੋਂ 3 ਸਾਲ ਰਹੇ ਆ, ਫਿਰ ਕੀਤਾ ਨਹੀਂ ਤੁਸੀਂ? ਫਿਰ ਕੀਤਾ? ਅਸੀਂ ਇਹ ਚਾਹੁੰਦੇ ਆ, ਦੇਖੋ ਜਿਹੜਾ ਇਹ ਐਂਡ ਤੇ ਕਨਕਲੂਜ਼ਨ ਨਿਕਲਦੇ ਹੁੰਦੇ ਆ ਵੀ ਕਿਹੜਾ ਕਿੰਨੇ ਕਿੱਥੋਂ ਤੱਕ ਪਹੁੰਚਦਾ, ਮੈਂ ਤੁਹਾਨੂੰ ਅੱਜ ਦੱਸ ਰਿਹਾ, ਜਿਹੜੇ ਬੰਦੇ ਸੂਝਵਾਨ ਉਹ ਚੀਜ਼ ਨੂੰ ਸਮਝਦੇ ਆ, ਜਿਹੜੇ ਅਦਾਲਤੀ ਪ੍ਰਕਿਰਿਆ ਚੋਂ ਲੰਘਦੇ ਉਹਨਾਂ ਨੂੰ ਪਤਾ ਹੁੰਦਾ, ਜਿਹੜੇ ਆਪਣੇ ਵਾਲੇ ਕੇਸ ਦੇ ਵਿੱਚ ਬਿਆਨ ਦਿੱਤੇ ਆ ਉਹ ਬਿਆਨ ਜਿੰਨਾ ਟਾਈਮ ਕੋਰਟ 'ਚ ਸਬਮਿਟ ਨਾ ਕਰਦੇ
ਉਹਨਾਂ ਟਾਈਮ ਉਹੀ ਕੜੀ ਚੌਲ ਰਹਿਣੇ ਇਹਨਾਂ ਦੇ, ਬਦਲਦੇ ਰਹਿਣੇ ਸਾਰਾ ਕੁਝ ਰਹਿਣਾ, ਉਹੀ ਇਹਨਾਂ ਦਾ ਸਾਰਾ ਕੁਝ ਬਣਿਆ ਰਹਿਣਾ ਜੋ ਇਹਨਾਂ ਨੇ ਕੜੀ ਘੋਲੀ ਹੋਈ ਹੈ। ਬਸ ਸਹੀ ਮੈਨੇ ਤਾਂ ਜਦੋਂ ਅਦਾਲਤ 'ਚ ਜਾਣਗੇ ਬਿਲਕੁਲ ਉਦੋਂ ਬਾਅਦ ਉਹ ਰਜਿਸਟਰਡ ਹੋਣੇ ਆ, ਉਦੋਂ ਬਾਅਦ 'ਚ ਉਹਨਾਂ ਤੇ ਮੋਹਰ ਲੱਗਣੀ ਆ, ਉਸ ਤੋਂ ਬਾਅਦ 'ਚ ਹੀ ਉਹ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਜੀ। ਤੇ ਫੇਰ ਹੀ ਉਹ ਦੇਖੋ ਜਿਹੜਾ ਬੰਦਾ ਉੱਥੇ ਮੌਜੂਦ ਆ, ਇੱਕ ਤੁਸੀਂ ਉੱਥੇ ਮੌਕੇ ਤੇ ਪ੍ਰੈਜੈਂਟ ਖੜੇ ਹੋ, ਤੁਸੀਂ ਬੰਦਿਆਂ ਦੇ ਚਪੇੜੇ ਮਾਰ ਰਹੇ ਹੋ, ਲਾਠੀਚਾਰਜ ਕਰ ਰਹੇ ਹੋ, ਗੋਲੀਆਂ ਮਾਰ ਰਹੇ ਹੋ, ਮੈਂ ਮਤਲਬ ਸੰਗਤ ਦੇ ਵਿੱਚੋਂ ਬਿਆਨ ਆ ਰਹੇ ਆ ਵੀ ਤੁਹਾਡਾ ਨਾਂ ਲੈ ਕੇ, ਉਹ ਬੰਦਾ ਤੁਸੀਂ ਇੱਕ ਵਾਅਦਾ ਮਾਫ਼ ਮਾਰ ਰਹੇ ਹੋ, ਸਾਨੂੰ ਉੱਥੇ ਲੋੜ ਹੀ ਕੀ ਪਈ ਆ? ਜਿਹੜੇ ਅਫਸਰ ਮੌਜੂਦ ਆ ਸਾਡੀ ਸਿੱਖ ਸੰਗਤ ਦੱਸੀ ਜਾਂਦੀ ਆ, ਸਾਡੇ ਲੋਕ ਦੱਸੇ ਜਾਂਦੇ ਆ, ਜਿਹਨੂੰ ਹਾਲਾਂਕਿ ਵੱਡੀ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਆ ਉੱਥੇ, ਜਿਨ੍ਹਾਂ ਨੂੰ ਇਹਨਾਂ ਨੇ ਟੰਗਣਾ ਹੋਵੇ ਨਾ ਇੱਕ ਗਵਾਹ ਦੇ ਉੱਤੇ ਉਮਰ ਕੈਦਾਂ ਸੁਣਾ ਦਿੰਦੇ ਆ। ਬਿਲਕੁਲ, ਸਾਡੇ ਤਾਂ ਉੱਥੇ 50-50 100-100 ਗਵਾਹ ਨੇ। ਬਿਲਕੁਲ, ਤੁਹਾਡੇ ਮਹਿਕਮੇ ਦੇ ਬੰਦੇ ਖੁਦ ਕਹਿ ਰਹੇ ਬਈ ਦੋਸ਼ੀ ਲੱਭਣੇ ਹੁਣ ਤਾਂ ਉਹ ਜਗਰਾਉਂ ਪਿੱਛੇ ਜੇ ਕਾਂਡ ਹੋਇਆ ਸੀ ਤੇ ਅਗਲਿਆਂ ਨੇ ਕਲਕੱਤੇ ਜਾ ਕੇ ਐਨਕਾਊਂਟਰ ਕਰਦਾ, ਹਾਂ ਨਾਲੇ ਉਹ ਕਹਿੰਦੇ ਫੋਨ ਨਹੀਂ ਰੱਖਦਾ, ਫੋਨ ਨਹੀਂ ਰੱਖਦਾ ਸੀ। ਮੰਨ ਲਓ ਗੱਲ ਤਾਂ ਆਪਦੇ ਤੇ ਆ ਗਈ ਨਾ, ਜੋ ਆਪ ਲੱਭਣ ਜਦੋਂ ਨੀਅਤ ਹੀ ਨਹੀਂ ਲੱਭਣ ਦੀ। ਸਾਡਾ ਨਿਰੰਕਾਰੀ ਕੇਸ ਦੇ ਵਿੱਚ ਆ ਬੰਦੇ ਫੜੇ, ਜਿਹੜੀਆਂ ਆਪਾਂ ਹੁਣੇ ਗੱਲ ਕਰਕੇ 12-12 ਸਾਲ ਦੀ ਉਮਰ ਕੈਦ ਸੁਣਾਤੀ, ਫੜੇ ਕਿਹੜੇ ਕੇਸ 'ਚ, ਪਾਏ ਕਿਹੜੇ ਕੇਸ 'ਚ, ਤੇ ਉਮਰ ਕੈਦ ਉਹਨਾਂ ਨੂੰ ਸੁਣਾਤੀ ਆ। ਸਾਡੇ ਤੁਸੀਂ ਸ਼ਰੇਆਮ ਗੋਲੀਆਂ ਮਾਰਨ ਵਾਲੇ ਸਾਹਮਣੇ ਫਿਰਦੇ ਆ, ਉਹ ਕੋਰਟ 'ਚ ਆ ਕਹਿੰਦੇ ਅਸੀਂ ਕੀਤਾ ਹੀ ਕੁਛ ਨਹੀਂ, ਕੀਤਾ ਹੀ ਕੁਛ ਨਹੀਂ, ਉਹ ਬੀਬੇ ਪੁੱਤ ਬਣ ਕੇ ਫਿਰਦੇ, ਤੇ ਤੁਸੀਂ ਉਹਨਾਂ ਨੂੰ ਬਚਾਉਣ ਦੇ ਵਿੱਚ ਭੂਮਿਕਾ ਨਿਭਾਓ, ਇਹ ਗੱਲਾਂ ਨਹੀਂ ਹੁੰਦੀਆਂ। ਸੋ ਗੱਲ ਇਹ ਆ ਕਿ ਸਾਨੂੰ ਇੱਥੇ ਇਹ ਸਵਾਲ ਵੀ ਕਰਨੇ ਪੈਣਗੇ, ਤੇ ਸਰਕਾਰ ਨੂੰ ਮੈਂ ਇਹਦੇ ਰਾਹੀਂ ਕਹਿਣਾ ਵੀ ਚਾਹੁੰਦਾ ਵੀ ਅਸੀਂ ਤਾਂ ਡਟ ਕੇ ਵਿਰੋਧ ਕਰਾਂਗੇ, ਤੁਹਾਡੇ ਜਿਹੜੇ ਮਰਜ਼ੀ ਕੈਂਡੀਡੇਟ ਹੋਣ, ਚਾਹੇ ਤੁਹਾਡਾ ਕੋਈ ਵੀ ਹੋਵੇ, ਜਿੰਨਾ ਟਾਈਮ ਤੁਸੀਂ ਇਹਨਾਂ ਸਾਡੇ ਮਸਲਿਆਂ ਦਾ ਹੱਲ ਨਹੀਂ ਕਰਦੇ, ਇਹਨਾਂ ਦੋਸ਼ੀਆਂ ਨੂੰ ਕਟਹਿਰਾਂ 'ਚ ਖੜੇ ਕਰਕੇ ਸਜ਼ਾ ਵਾਲੇ ਪਾਸੇ ਨਹੀਂ ਲੈ ਕੇ ਜਾਂਦੇ, ਸਾਡਾ ਤੁਹਾਡੇ ਨਾਲ ਵਿਰੋਧ ਹੀ ਰਹੂਗਾ, ਚਾਹੇ ਜਿਹੜਾ ਮਰਜ਼ੀ ਸੀਮ ਹੋਵੇ। ਬਿਲਕੁਲ ਸਹੀ ਹੈ ਜੀ, ਬਿਲਕੁਲ।